ਹੈਲੋ एवरीवन वेलकम टू स्टडी शोਕਰ ਫਰ ਸਟਡੀ ਬਿਕਮਸ ਈਜ਼ਰ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ ਅਧਿਨ ਸੇਵਾਵਾਂ ਚਾਹਨ ਬੋਰਡ ਦੇ ਅੰਡਰ ਕਾਫੀ ਸਾਰੇ ਪੋਸਟ ਆਊਟ ਹੋਈਆਂ ਸੀ ਜਿਹੜੀਆਂ ਕਿ ਪੋਸਟ ਸੀਗਾ ਗਰੁੱਪ ਸੀ ਦੀਆਂ ਉਦਯੋਗ ਅਤੇ ਕਾਮਰਸ ਵਿਭਾਗ ਦੇ ਅੰਡਰ ਕਿਹੜੇ ਕਿਹੜੇ ਪੋਸਟ ਆਊਟ ਹੋਈਆਂ ਸੀ ਸੀਨੀਅਰ ਇੰਡਸਟਰੀਅਲ ਪ੍ਰੋਮੋਸ਼ਨ ਆਫੀਸਰ ਦੀ ਪੋਸਟ ਆਊਟ ਹੋਈ ਸੀ 56 ਤੇ ਉਸ ਦੇ ਅੰਦਰ ਜਿਹੜੇ ਬਲੋਕ ਲੋਕ ਐਕਸਟੈਂਸ਼ਨ ਆਫੀਸਰ ਦੀ ਪੋਸਟਾਂ ਵੀ ਆਊਟ ਹੋਈਆਂ ਸੀ 61 ਤੇ ਨਾਲ ਹੀ ਐਕਸਾਈਜ਼ ਐਂਡ ਟੈਕਸ ਇੰਸਪੈਕਟਰ ਦੀ ਜਿਹੜੇ 51 ਪੋਸਟ ਆਊਟ ਹੋਈਆਂ ਸੀ ਟੋਟਲ 168 ਪੋਸਟਾਂ ਜਿਹੜੀ ਉਹਦੇ ਆਊਟ ਹੋਈਆਂ ਸੀ ਉਹਦਾ ਡਿਟੇਲ ਨੋਟੀਫਿਕੇਸ਼ਨ ਆ ਚੁੱਕਿਆ ਬਹੁਤ ਸਾਰੇ ਜਿਹੜੀ ਕੁਇਰੀਜ਼ ਆ ਉਹਦੀ ਕੁਆਲਿਫਿਕੇਸ਼ਨ ਨੂੰ ਲੈ ਕੇ ਆ ਰਹੇ ਸੀ ਤੇ ਫਾਈਨਲੀ ਉਹ ਜਿਹੜੀ ਇਨਫੋਰਮੇਸ਼ਨ ਹੈ ਡਿਟੇਲ ਨੋਟਿਸ ਹੈ ਉਹ ਆਊਟ ਕਰ ਦਿੱਤਾ ਗਿਆ ਖੰਡੀ ਸਭ ਤੋਂ ਪਹਿਲਾਂ ਆਪਾਂ ਡੇਟਸ ਤੇ ਜਿਹੜੀ ਆ ਆਪਾਂ ਦੇਖ ਲੈਣਾ ਕਿ ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੀ ਜਿਹੜੀ ਮਿਤੀ ਹੈ ਉਹ ਹੈਗੀ ਹੈ 25 ਲੇਕਿਨ ਇਹ ਅਪਲਾਈ ਕਰਨ ਨੇ ਕਦੋਂ ਤੋਂ ਸ਼ੁਰੂ ਹੋਏਗੀ 21 ਮਈ ਤੋਂ ਯਾਨੀ ਕਿ 21 ਮਈ ਤੋਂ ਕੱਲ ਤੋਂ ਸ਼ੁਰੂ ਹੋਏਗੀ ਔਰ ਕਦ ਤੱਕ ਕਰ ਸਕਦੇ ਆ 15 ਜੂਨ ਤੱਕ ਸ਼ਾਮ ਨੂੰ 5 ਵਜੇ ਤੱਕ ਅਪਲਾਈ ਕਰ ਸਕਦੇ ਆ ਤੇ ਫੀਸ ਭਰਨ ਦੀ ਆਖਰੀ ਮਿਤੀ ਰਹੇਗੀ 18 ਜੂਨ 2021 ਤੇ ਤੁਸੀਂ ਇਹਦੇ ਵਿੱਚ ਵਿਸਤਾਰਪੂਰਵਕ ਸੂਚਨਾ ਦੇ ਵਿੱਚ ਦੇਖ ਸਕਦੇ ਹੋ ਗਰੁੱਪ ਸੀ ਦੀਆਂ ਜਿਹੜੀਆਂ ਪੋਸਟਾਂ ਨੇ ਇਹ ਮੰਗ ਪੱਤਰ ਅਸਾਮੀਆਂ ਦਾ ਵਰਗੀਕਰਨ ਅਨੁਸਾਰ ਇਹਨਾਂ ਵਿਭਾਗਾਂ ਵਿੱਚ ਅਸਾਮੀਆਂ ਦੀ ਭਰਤੀ ਸੰਬੰਧੀ ਬੋਰਡ ਦੀ ਵੈੱਬਸਾਈਟ ਤੇ 21 ਪੰਜ ਤੋਂ ਲੈ ਕੇ 15 6 ਤੱਕ ਸ਼ਾਮ 5 ਵਜੇ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਤੇ ਜਿਹਦੇ ਵਿੱਚ ਅਗਰ ਆਪਾਂ ਸਭ ਤੋਂ ਪਹਿਲਾਂ ਕੁਆਲਿਫੀਕੇਸ਼ਨ ਦੀ ਗੱਲ ਕਰ ਲਈਏ ਤੇ ਉਹਦੇ ਵਿੱਚ ਅਗਰ ਆਪਾਂ ਪਹਿਲਾਂ ਗੱਲ ਕਰੀਏ ਉੱਚ ਤਯੋਗਿਕ ਉન્નਤੀ ਅਫਸਰ ਤੇ ਬਲਾਕ ਪੱਧਰ ਪ੍ਰਸਾਰ ਅਫਸਰ ਜਿਹੜਾ ਕਿ ਇਹ ਸੀਨੀਅਰ ਇੰਡਸਟਰੀਅਲ ਪ੍ਰੋਮੋਸ਼ਨ ਅਫੀਸਰ ਤੇ ਬਲਾਕ ਐਕਸਟੈਂਸ਼ਨ ਅਫੀ ਉਹਨਾਂ ਦੀ ਅਗਰ ਆਪਾਂ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਗ੍ਰੈਜੂਏਸ਼ਨ ਇਨ ਐਨੀ ਫੀਲਡ ਫਰੋਮ ਰਿਕਗਨਾਈਜ਼ ਯੂਨੀਵਰਸਿਟੀ ਤੁਹਾਡੀ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਵਿਦ ਮਿਨੀਮਮ 50% ਮਾਰਕਸ ਹੋਣੇ ਚਾਹੀਦੇ ਉਹਦੇ ਵਿੱਚੋਂ ਤੇ ਨਾਲ ਹੀ ਤੁਹਾਡੀ 10th ਲੈਵਲ ਤੇ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ ਐਕਸਾਈਜ਼ ਟੈਕਸ ਇੰਸਪੈਕਟਰ ਐਕਸਾਈਜ਼ ਟੈਕਸ ਇੰਸਪੈਕਟਰ ਦੀ ਆਪਾਂ ਗੱਲ ਕਰ ਲਈ ਤਾਂ ਉੱਥੇ ਜਿਹੜੀ ਹੈ ਬੈਸਟ ਡਿਗਰੀ ਮੰਗੀ ਗਈ ਹੈ ਫਰੋਮ ਅ ਰਿਕਗਨਾਈਜ਼ ਯੂਨੀਵਰਸਿਟੀ ਨਾਲ ਹੀ ਉੱਥੇ ਐਟ ਲੀਸਟ 120 ਆਵਰਸ ਦਾ ਕੋਰਸ ਜਿਹੜਾ ਵਿਦ ਵਰਕਿੰਗ ਐਕਸਪੀਰੀ ਕੁਆਲੀਫਿਕੇਸ਼ਨ ਮੰਗੀ ਗਈ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਡਿਟੇਲ ਜਿਹੜਾ ਨੋਟੀਫਿਕੇਸ਼ਨ ਦਿੱਤਾ ਹੋਇਆ ਉਸ ਤੋਂ ਬਾਅਦ ਅਸਾਮੀਆਂ ਦੇ ਵਰਗੀਕਰਨ ਦਿੱਤਾ ਹੋਇਆ ਯਾਨੀ ਕਿ ਕੈਟਾਗਰੀ ਵਾਈਜ਼ ਕਿਹੜੀ ਕੈਟਾਗਰੀ ਦੇ ਅੰਡਰ ਕਿੰਨੀਆਂ ਪੋਸਟਾਂ ਆਊਟ ਹੋਈਆਂ ਨੇ ਤਾਂ ਉਹ ਸਾਰੀ ਡਿਟੇਲ ਇਨਫੋਰਮੇਸ਼ਨ ਇਹਦੇ ਵਿੱਚ ਦਿੱਤੀ ਹੋਈ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਅਸਾਮੀਆਂ ਦੀ ਪ੍ਰੈਫਰੈਂਸ ਦੇ ਸੰਬੰਧੀ ਤੇ ਇਹਦੇ ਵਿੱਚ ਇਹ ਦਿੱਤਾ ਹੋਇਆ ਕਿ ਜਿਹੜੀ ਵਿਦਿਅਕ ਯੋਗਤਾ ਜਾਂ ਤਕਨੀਕੀ ਯੋਗਤਾ ਹੈਗੀ ਆ ਉਹ ਤੁਹਾਡੀ ਪੂਰੀ ਹੋਣੀ ਚਾਹੀਦੀ ਹੈ ਜਦ ਤੁਸੀਂ ਅਪਲਾਈ ਕਰਦੇ ਹੋ ਤਾਂ ਅਪਲਾਈ ਕਰਨ ਦੀ ਲਾਸਟ ਡੇਟ ਤੋਂ ਪਹਿਲਾਂ ਤੁਹਾਡੇ ਕੋਲ ਉਹ ਪੂਰੀ ਹੋਣੀ ਚਾਹੀਦੀ ਹੈ ਅਗਰ ਤੁਹਾਡੇ ਕੋਲ ਤਕਨੀਕੀ ਯੋਗਤਾ ਨਹੀਂ ਹੋਏਗੀ ਤਾਂ ਤੁਹਾਨੂੰ ਇਹਦੇ ਵਿੱਚ ਵਿਚਾਰਿਆ ਨਹੀਂ ਜਾਵੇਗਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸ਼੍ਰੀਨੀ ਕੋਡ ਦਿੱਤੇ ਹੋਏ ਨੇ ਕੈਟਾਗਰੀ ਵਾਈਜ਼ ਤੁਹਾਡੇ ਕੋਡ ਜਿਹੜੇ ਇੱਥੇ ਮੈਂਸ਼ਨ ਕੀਤੇ ਹੋਏ ਆ ਤੇ ਰਿਜ਼ਰਵੇਸ਼ਨ ਦੇ ਰਿਗਾਰਡਿੰਗ ਕੁਝ ਇੰਪੋਰਟੈਂਟ ਪੁਆਇੰਟਸ ਦਿੱਤੇ ਹੋਏ ਆ ਵੀ ਤੁਸੀਂ ਰੀਡ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਜੀ ਤਨਖਾਹ ਸਕੇਲ ਦੀ ਯਾਨੀ ਕਿ ਪੇ ਸਕੇਲ ਦੀ ਤਾਂ ਇਹਨਾਂ ਪੋਸਟਾਂ ਵਾਲੀ ਜਿਹੜੀ ਪੇ ਸਕੇਲ ਹੋ ਰਹੇਗੀ 35400 ਤਾਂ 35400 ਜਿਹੜੀ ਤੁਹਾਡੀ ਲੈਵਲ 6 ਦੀ ਦੋਨਾਂ ਸਾਰੀ ਹੀ ਜਿਹੜੀ ਪੋਸਟਾਂ ਨਾਲ ਤੁਹਾਰੇ ਲਈ ਲੈਵਲ 6 ਦੀ 35400 ਜਿਹੜੀ ਪੇ ਰਹੇਗੀ ਉਮਰ ਸੀਮਾ ਦੀ ਬਗਲ ਕਰ ਲਈਏ ਤਾਂ 18 ਤੋਂ 37 ਸਾਲ ਇਹਨਾਂ ਦੀ ਏਜ ਲਿਮਟ ਰਹੇਗੀ ਬਾਕੀ ਕੈਟਾਗਰੀ ਵਾਈਜ਼ ਏਜ ਰੈਲਾਕਸੇਸ਼ਨ ਸਾਰਿਆਂ ਨੂੰ ਜਿਹੜਾ ਵੀ ਹੈ ਉਹ ਦਿੱਤਾ ਜਾਏਗਾ ਫੀਸ ਸਟਰਕਚਰ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਜਨਰਲ ਕੈਟੇਗਰੀ ਸੁਤੰਤਰਤਾ ਸੰਗਰਾਮੀ ਯਾਨੀ ਕਿ ਫਰੀडम ਫਾਈਟਰਸ ਤੇ ਖਿਡਾਰੀਆਂ ਦੀ ਜਿਹੜੀ ਫੀਸ ਹੈਗੀ ਉਹ ਰਹੇਗੀ 1000 ਰੁਪਏ ਐਸਸੀ ਬੀਸੀ ਤੇ ਨਾਲ ਹੀ ਈਡਬਲਯੂਐਸ ਵਾਲਿਆਂ ਲਈ ਰਹੇਗੀ ਫੀਸ 250 ਰੁਪਏ ਐਕ ਸਰਵਿਸਮੈਨ ਇੰਡੀਪੈਂਡੈਂਟ ਵਾਲਿਆਂ ਲਈ ਰਹੇਗੀ ਫੀਸ 200 ਰੁਪਏ ਤੇ ਫਿਜ਼ੀਕਲੀ ਹੈਂਡੀਕੈਪ ਵਾਲਿਆਂ ਲਈ ਰਹੇਗੀ 500 ਰੁਪਏ ਤੇ ਇਹ ਹੈਗੀ ਜੀ ਫੀਸ ਸਟਰਕਚਰ ਚੋਣਵਿਧੀ ਦੀ ਜੇ ਅਗਰ ਆਪਾਂ ਗੱਲ ਕਰ ਲਈਏ ਤਾਂ ਚੋਣਵਿਧੀ ਕਿੱਧਰ ਹੈਗੀ ਇੱਕ ਤਰ੍ਹਾਂ ਇਹ ਜੀ ਮਲਟੀਪਲ ਕੁਐਸਚਨ ਚੁਆਇਸ ਕੁਐਸਚਨ ਦਾ ਇੱਕ ਟੈਸਟ ਹੋਏਗਾ ਆਬਜੈਕਟਿਵ ਟਾਈਪ ਟੈਸਟ ਹੋਏਗਾ ਤੁਹਾਡਾ ਤੇ ਇਹ ਹੋਏਗਾ ਜੀ ਇਸ ਦੇ ਬੇਸ ਤੇ ਇਸ ਦੇ ਵਿੱਚ ਜੋ ਅੰਕ ਮਿਲਣਗੇ ਉਹਦੇ ਬੇਸ ਤੇ ਹੀ ਮੈਰਿਟ ਲੀਡੀਆ ਬਣਾਈ ਜਾਏਗੀ ਤੇ ਇਸ ਟੈਸਟ ਦੇ ਵਿੱਚ 40% ਮਿਨੀਮਮ ਪਾਸਿੰਗ ਮਾਰਕਸ ਰੱਖੇ ਗਏ ਨੇ ਤੁਹਾਨੂੰ ਘੱਟੋ ਘੱਟ 40% ਮਾਰਕਸ ਜਿਹੜੇ ਆ ਉਹ ਲੈਣੇ ਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਅਗਰ ਕੋਵਿਡ ਕਰਕੇ ਜਿਹੜੀ ਐਗਜ਼ਾਮ ਹੈ ਅਗਰ ਮਲਟੀਪਲ ਸ਼ਿਫਟਸ ਦੇ ਵਿੱਚ ਹੁੰਦਾ ਹੈ ਤਾਂ ਸਾਰੀ ਸ਼ਿਫਟਸ ਦੇ ਵਿੱਚ ਜਿਹੜੇ ਪ੍ਰਾਪਤ ਅੰਕ ਹੋਣਗੇ ਉਹਨਾਂ ਦੇ ਆਧਾਰ ਤੇ ਫਿਰ ਜਿਹੜੀ ਮੈਰਿਟ ਬਣਾਈ ਜਾਏਗੀਹੀ ਪ੍ਰੋਸੀਜਰ ਰਹੇਗਾ ਮੈਰਿਟ ਬਣਾਉਂਦਾ ਉਹ ਸਾਰਾ ਇਹਨਾਂ ਨੇ ਇੱਥੇ ਡਿਟੇਲ ਇਨਫੋਰਮੇਸ਼ਨ ਦਿੱਤੀ ਹੋਈ ਹੈ ਜਕਤੀ ਟਾਈਪ ਟੈਸਟ ਦੀ ਇੱਥੇ ਗੱਲ ਕੀਤੀ ਗਈ ਹੈ ਕਿ ਉਸ ਦੇ ਲਈ ਜਿਹੜਾ ਸਿਲੇਬਸ ਤੇ ਪੈਟਰਨ ਹੈ ਉਹ ਬਾਅਦ ਉਸ ਤੋਂ ਬਾਅਦ ਅਪਲਾਈ ਕਰਨ ਦੀ ਵਿਧੀ ਸਾਰੀ ਡਿਟੇਲ ਦੇ ਵਿੱਚ ਦਿੱਤੀ ਹੋਈ ਹੈ ਇਹ ਸਾਰਾ ਜਿਹੜਾ ਡਿਟੇਲ ਉਸ ਬਾਰੇ ਦੱਸਿਆ ਹੋਇਆ ਤੇ ਉਸ ਤੋਂ ਬਾਅਦ ਦਿੱਤਾ ਹੋਇਆ ਕਿ ਉਮੀਦਵਾਰ ਅਯੋਗ ਕਰਾਰ ਦੇਣ ਜਾਂ ਪਾਤ੍ਰਤਾ ਰੱਦ ਕਰਨ ਦੀਆਂ ਸ਼ਰਤਾਂ ਕਿਸ ਬਿਨਾਂ ਤੇ ਜਿਹੜਾ ਉਹ ਕਿਹੜੇ ਕੈਂਡੀਡੇਟ ਨੂੰ ਜਿਹੜਾ ਕੈਨਸਲ ਕੀਤਾ ਜਾ ਸਕਦਾ ਹੈ ਜਾਂ ਉਹਦੀ ਪਾਤ੍ਰਤਾ ਜਿਹੜੀ ਰੱਦ ਕੀਤੀ ਜਾ ਸਕਦੀ ਹੈ ਕਿ ਅਗਰ ਉਸਨੇ ਪੂਰੀ ਫੀਸ ਨਾ ਭਰੀ ਹੋਵੇ ਜਾਂ ਬਿਨੇ ਪੱਤਰ ਵਿੱਚ ਕੋਈ ਵੀ ਅਧੂਰੀ ਜਾਂ ਗਲਤ ਸੂਚਨਾ ਭਰੀ ਹੋਵੇ ਆਨਲਾਈਨ ਬਿਨੇ ਪੱਤਰ ਬਿਨੇ ਕਰਨ ਦੀ ਪੂਰੀ ਪ੍ਰਕਿਰਿਆ ਮੁਕੰਮਲ ਨਾ ਕਰਨਾ ਅਦਿਨ ਸੇਵਾਮਾ ਚੌਂ ਨਬੋੜੀਆਂ ਕਿਸੇ ਹੋਰ ਸੰਸਾ ਵੱਲੋਂ ਅਯੋਗ ਕਰ ਪੂਰੀਆਂ ਸ਼ਰਤਾਂ ਜਿਹੜੀਆਂ ਉਹ ਨਾ ਹੋਣ ਆਨਲਾਈਨ ਬਿਨੇ ਕਰਨ ਦੀ ਪ੍ਰਕਿਰਿਆ ਦੀ ਥਾਂ ਕਿਸੇ ਹੋਰ ਪ੍ਰਕਿਰਿਆ ਰਹੀ ਬਿਨੇ ਕਰਨਾ ਤੇ 40% ਉਹਦੇ ਅਗਰ ਮਾਰਕਸ ਜਿਹੜੇ ਆ ਉਹ ਨਹੀਂ ਆਉਂਦੇ ਤਾਂ ਇਹਨਾਂ ਸਾਰੀ ਰੀਜ਼ਨਸ ਕਰਕੇ ਉਸ ਨੂੰ ਇਹਨਾਂ ਪੋਸਟਾਂ ਲਈ ਉਹਦੀ ਪਾਤਰਤਾ ਰੱਦ ਕੀਤੀ ਜਾ ਸਕਦੀ ਹੈ ਜਿਸ ਤੋਂ ਬਾਅਦ ਕੁਝ ਇੰਪੋਰਟੈਂਟ ਜਿਹੜੀਆਂ ਬਿਨੇ ਕਰਦੇ ਧਿਆਨ ਰਹਿਤ অতি ਜ਼ਰੂਰੀ ਹਦਾਇਤਾਂ ਜਿਹੜੀ ਇੱਥੇ ਦਿੱਤੀਆਂ ਹੋਈਆਂ ਨੇ ਤੁਸੀਂ ਇਹਨਾਂ ਨੂੰ ਰੀਡ ਕਰ ਸਕਦੇ ਹੋ ਬਾਕੀ ਡਿਟੇਲ ਨੋਟੀਫਿਕੇਸ਼ਨ ਤੁਸੀਂ ਆਪਣੇ ਟੈਲੀਗ੍ਰਾਮ ਚੈਨਲ ਤੋਂ ਵੀ ਲੈ ਸਕਦੇ ਹੋ ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜੇਗਾ ਇਹ ਸੀਗੇ ਜੀ ਇਨਫੋਰਮੇਸ਼ਨ ਡਿਟੇਲ ਇਨਫੋਰਮੇਸ਼ਨ ਐਜੂਕੇਸ਼ਨ ਕੁਆਲੀਫਿਕੇਸ਼ਨ ਦੇ ਰਿਗਾਰਡਿੰਗ ਫੀ ਸਟ੍ਰਕਚਰ ਪੇ ਸਕੇਲ ਰਹਾ ਤੇ ਨਾਲੇ ਕੈਟਾਗਰੀ ਵਾਈਜ਼ ਕਿਹੜੀਆਂ ਪੋਸਟਾਂ ਰਹਿਣਗੀਆਂ ਸਾਰੇ ਡਿਟੇਲ ਨੋਟੀਫਿਕੇਸ਼ਨ ਜਿਹੜਾ ਹੈ ਕਿਹੜੀ ਕਿਹੜੀ ਪੋਸਟਾਂ ਬਾਰੇ ਹੈ ਨੇ 21 ਮਈ ਤੋਂ ਅਪਲਾਈ ਕਰਨਾ ਸ਼ੁਰੂ ਹੋਏਗਾ ਜੀ 15 ਜੂਨ ਤੱਕ ਤੇ 18 ਜੂਨ ਤੱਕ ਇਹਦੀ ਫੀਸ ਭਰਨ ਦੀ ਲਾਸਟ ਡੇਟ ਹੈਗੀ ਹੈ ਤੇ ਜਦੋਂ ਵੀ ਕੋਵਿਡ ਦੀ ਸਿਚੁਏਸ਼ਨ ਠੀਕ ਹੁੰਦੀ ਹੈ ਨਾ ਸਾਰੇ ਪੋਸਟਾਂ ਦੇ ਐਗਜ਼ਾਮ ਜਿਹੜੇ ਜਲਦੀ ਲੈ ਲਏ ਜਾਣਗੇ ਤਾਂ ਆਪਣੀ ਜਿਹੜੀ ਤਿਆਰੀ ਹੈ ਤੁਸੀਂ ਪੂਰੀ ਰੱਖੋ ਤੇ ਇਸੇ ਕਦੀ ਆਫੀਸ਼ੀਅਲ ਇਨਫੋਰਮੇਸ਼ਨ ਆਈ ਹੋਪ ਟੂ ਬੀ ਯੂਸਫੁਲ ਰਹੀ ਹੋਏਗੀ ਪਲੀਜ਼ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਜਿਸ ਨਾਲ ਤੁਹਾਨੂੰ ਆਉਣ ਵਾਲੀ ਸਾਰੀ ਲੇਟੈਸਟ ਵੀਡੀਓ ਦੀ ਅਪਡੇਟ ਟਾਈਮ ਸੇਟ ਤੇ ਸਭ